ਜੋ ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਇੱਕ ਸਿੱਖ ਨੌਜਵਾਨ ਦਾ ਫੇਕ ਇਨਕਾਊਂਟਰ ਕੀਤਾ ਸੀ, ਉਹਨੂੰ ਉਹ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਕੋਰਟਸ ਨੇ ਦਿੱਤੀ ਅਤੇ 2 ਸਾਲ ਜੇਲ੍ਹ ਰਹਿਣ ਦੇ ਬਾਵਜੂਦ ਇਕੱਲੇ 2 ਸਾਲ ਬਾਅਦ ਉਹਨਾਂ ਨੂੰ ਮਾਫ਼ੀ ਦੇ ਦਿੱਤੀ। ਇੱਕ ਬਹੁਤ ਵੱਡਾ ਗੁਨਾਹ ਅਤੇ ਪਾਪ ਕੀਤਾ। ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਹਾਂ ਕਿ ਉਹ ਜਿਹੜਾ ਉਹਨਾਂ ਦਾ ਆਰਡਰ ਹੈ ਉਹਨੂੰ ਇਮੀਡੀਏਟਲੀ ਰਿਕਾਲ ਕੀਤਾ ਜਾਏ। ਸਾਡੇ ਨਾਲ ਉਹ ਜਿਹੜਾ ਨੌਜਵਾਨ ਬੱਚਾ ਹਰਜੀਤ ਸਿੰਘ ਜਿਹੜਾ 22 ਸਾਲ ਦੀ ਉਮਰ ਸੀ, ਮਲੇਰਕੋਟਲੇ ਇੱਕ RMP ਡਾਕਟਰ ਦੀ ਦੁਕਾਨ 'ਤੇ ਬੱਚਾ ਕੰਮ ਕਰਦਾ ਸੀ, ਉਸ ਨੂੰ ਹਰਿੰਦਰ ਸਿੰਘ ASI ਦੇ ਨਾਲ 4 UP ਦੇ ਪੁਲਿਸ ਮੁਲਾਜ਼ਮ ਆਏ, ਉਸ ਦੇ ਘਰੋਂ ਉਹਨੂੰ ਉਠਾ ਕੇ ਲੈ ਗਏ ਅਤੇ ਉਸ ਟਾਈਮ ਉਸ ਨੌਜਵਾਨ ਬੱਚੇ ਦੀ ਭੈਣ ਬੀਬੀ ਹਰਜਿੰਦਰ ਕੌਰ ਸਾਡੇ ਨਾਲ ਹੈਗੀ, ਹਰਜੀਤ ਕੌਰ ਸਾਡੇ ਨਾਲ ਹੈਗੀ, ਉਹਨਾਂ ਦੇ ਸਾਹਮਣੇ ਉਹ ਬੱਚੇ ਨੂੰ ਉਠਾ ਕੇ ਲੈ ਗਏ ਮਲੌਟ ਥਾਣੇ। ਜਦੋਂ ਆ ਪਰਿਵਾਰ ਭੱਜ ਕੇ, ਸਰ ਮਹਿੰਦਰ ਸਿੰਘ ਉਦੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਸੀ, ਰੋਡਵੇਜ਼ ਦੇ ਵਿੱਚ ਮੁਲਾਜ਼ਮ ਸੀ, ਇੱਕ SC ਪਰਿਵਾਰ, ਗਰੀਬ ਪਰਿਵਾਰ ਨਾਲ ਸੰਬੰਧਿਤ। ਜਦੋਂ ਆ ਮਲੌਟ ਥਾਣੇ ਗਏ, ਉੱਥੇ ਉਹਨਾਂ ਨੂੰ ਕਿਹਾ ਕਿ ਇੱਥੇ ਨਹੀਂ ਹੈ, ਹੋਰ ਕਿਤੇ ਹੈ। ਅਤੇ 4 ਦਿਨ ਬਾਅਦ UP ਦੀ ਖਬਰ ਆਈ ਕਿ ਇੱਕ ਇਨਕਾਊਂਟਰ ਹੋਇਆ ਜਿੱਥੇ ਹਰਜੀਤ ਸਿੰਘ ਨੂੰ ਮਾਰਿਆ ਗਿਆ ਇਨਕਾਊਂਟਰ 'ਚ। ਜਿਹੜਾ ਬੱਚਾ 22 ਸਾਲ ਦਾ ਘਰੋਂ ਚੱਕਿਆ ਗਿਆ ਹੋਵੇ ਪੰਜਾਬ 'ਚੋਂ ਅਤੇ ਉੱਥੇ UP ਜਾ ਕੇ ਫੇਕ ਇਨਕਾਊਂਟਰ ਕੀਤਾ, ਇਹ ਤੋਂ ਮਾੜੀ ਗੱਲ, ਮਰਡਰ, ਵੱਡਾ ਮਰਡਰ ਕੀ ਹੋ ਸਕਦਾ? ਇਸ ਪਰਿਵਾਰ ਨੇ, ਸਰ ਮਹਿੰਦਰ ਸਿੰਘ ਜੀ ਨੇ ਸਾਰੀ ਇਹਨਾਂ ਦੀ ਜਿਹੜੀ ਪੈਨਸ਼ਨ ਸੀ, ਸਾਰਾ ਕੁਛ ਜਿਹੜਾ ਇਹਨਾਂ ਦਾ ਕਮਾਇਆ ਸੀ ਸਰਕਾਰੀ ਨੌਕਰੀ 'ਚ, ਸਾਰਾ ਕੁਛ ਲਾ ਕੇ 22 ਸਾਲ ਲੜਾਈ ਲੜੀ 22 ਸਾਲ ਕਚਹਿਰੀਆਂ 'ਚ। ਆ ਕੇਸ CBI ਤੋਂ ਇਨਵੈਸਟੀਗੇਟ ਕੀਤਾ ਗਿਆ, CBI ਨੇ ਇਨਵੈਸਟੀਗੇਟ ਕੀਤਾ ਗਿਆ। ਅਤੇ ਜਿਹੜੀ ਵੱਡੀ ਗੱਲ ਹੈ, ਆਨਰੇਬਲ ਜੱਜ ਸਾਹਿਬ ਨੇ ਜੋ ਆਪਣੇ ਆਰਡਰ 'ਚ ਲਿਖਿਆ, ਆ ਆਨਰੇਬਲ ਜੱਜ ਸਾਹਿਬ ਦਾ ਮੈਂ ਆਰਡਰ ਪੜ੍ਹ ਰਿਹਾ ਜਿੱਥੇ ਲਿਖਿਆ, ਦ ਮੋਟਿਵ ਆਫ ਦ ਅਕਿਊਜ਼, ਜਿਹੜੇ 4 ਪੁਲਿਸ ਮੁਲਾਜ਼ਮਾਂ ਨੇ ਜਿਹੜਾ ਮਰਡਰ ਕੀਤਾ ਹੈ, ਜੱਜ ਸਾਹਿਬ ਲਿਖਿਆ ਉਹਨਾਂ ਦਾ ਮੋਟਿਵ ਇਜ਼ ਰਿਟ ਲਾਰਜ ਔਨ ਦਾ ਫਾਈਲ। ਫਾਈਲ 'ਚ ਕਹਿੰਦਾ ਸਾਰਾ ਪਤਾ ਲੱਗਦਾ ਦੈਟ ਦੇ ਵਾਂਟਡ, ਦੈਟ ਦ ਮੁਲਾਜ਼ਮ ਵਾਂਟਡ ਟੂ ਮਰਡਰ ਹਰਜੀਤ ਸਿੰਘ ਟੂ ਅਰਨ ਅਵਾਰਡਸ ਐਂਡ ਰਿਵਾਰਡਸ ਫੋਰ ਥੈਮ। ਇੱਕ ਅਵਾਰਡਸ ਅਤੇ ਰਿਵਾਰਡਸ ਲੈਣ ਵਾਸਤੇ ਇੱਕ ਗਰੀਬ ਨੌਜਵਾਨ ਸਿੱਖ ਬੱਚੇ ਨੂੰ ਉਹਨਾਂ ਨੇ ਮਾਰ ਦਿੱਤਾ, ਉਹਨਾਂ ਨੂੰ ਸਜ਼ਾ ਮਿਲਣੀ ਕੀ ਸੀ? ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਜੇਲ੍ਹ 'ਚੋਂ ਕਢਾ ਦਿੱਤਾ। ਵੱਡੀ ਗੱਲ ਹੈ, ਇਸ ਪਰਿਵਾਰ ਨੇ ਜਦੋਂ ਉਮਰ ਕੈਦ ਦੀ ਸਜ਼ਾ ਹੋਈ, ਸਰ ਮਹਿੰਦਰ ਸਿੰਘ ਨੇ ਅਪੀਲ ਫਾਈਲ ਕੀਤੀ ਹਾਈ ਕੋਰਟ 'ਚ, ਡਬਲ ਬੈਂਚ ਅਪੀਲ ਅੱਜ ਵੀ ਚੱਲ ਰਹੀ ਹੈ ਕਿ ਇਹਨੂੰ ਇਹ ਤੋਂ ਵੀ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਮੇਰੇ ਬੱਚੇ ਬੱਚੇ ਦੇ ਕੱਲ੍ਹ ਨੂੰ। ਉਹ ਅਪੀਲ ਹਲੇ ਹਾਈ ਕੋਰਟ 'ਚ ਹੈ, ਮਤਲਬ ਪਰਸੋਂ ਦੀ ਤਰੀਕ ਸੀ, ਅਤੇ ਪੰਜਾਬ ਸਰਕਾਰ ਨੇ ਛੱਡਤਾ। ਐਜ਼ ਪਰ ਲਾਅ, ਪਹਿਲੀ ਗੱਲ, ਪੰਜਾਬ ਸਰਕਾਰ ਛੱਡ ਨਹੀਂ ਸਕਦੀ। ਅਸੀਂ ਗਵਰਨਰ ਸਾਹਿਬ ਨੂੰ ਕਿਹਾ ਇਹਨਾਂ ਨੇ ਫੈਕਟਸ ਉੱਥੋਂ ਲੁਕੋਏ ਹੈ, ਜਾਣ ਕੇ ਅਸੀਂ ਚਾਹੁੰਦੇ ਕਿ ਸਾਰੇ ਫੈਕਟਸ ਬੁਲਾਓ। ਹੁਣ ਆ ਗਰੀਬ ਪਰਿਵਾਰ ਆ ਵਿਚਾਰੇ ਕੋਲ, ਹੁਣ ਸਰ ਮਹਿੰਦਰ ਸਿੰਘ ਕੋਲ ਪੈਸਾ ਹੀ ਖਤਮ ਹੋ ਗਿਆ। ਅੱਜ ਉਹ ਸਰ ਮਹਿੰਦਰ ਸਿੰਘ ਆਪਣੀ ਬੇਟੀ ਦੇ ਘਰ ਰਹਿੰਦੇ ਆ, ਬੇਟੀ ਦਿਹਾੜੀ ਕਰਦੀ ਹੈ, ਬੇਟੀ ਦਿਹਾੜੀ ਕਰਕੇ ਇੱਕ ਆਮਦਨ ਕਰਦੀ ਹੈ, ਕਮਾਉਂਦੀ ਹੈ, ਅਤੇ ਆ ਬਜ਼ੁਰਗ ਉਹਨਾਂ ਦੇ ਔਰ ਘਰੇ ਰਹਿੰਦੀ ਹੈ, ਅਤੇ ਇਹਨਾਂ ਦੇ ਬੱਚੇ ਨੂੰ ਮਾਰ ਕੇ ਪੁਲਿਸ ਵਾਲੇ ਚਲ ਜਾਣ। ਇਕੱਲਾ ਹੀ ਮੁੰਡਾ ਵਿਚਾਰੇ ਦਾ 22 ਸਾਲ ਲੜਾਈ ਕਰਕੇ, ਅਤੇ ਹੁਣ 2 ਸਾਲ ਬਾਅਦ ਤੁਸੀਂ ਛੱਡ ਦਿਓ ਕਾਤਲਾਂ ਨੂੰ, ਇਹਨਾਂ ਵਿਚਾਰਿਆਂ ਦੇ ਦਿਲ 'ਤੇ ਕੀ ਗੁਜਰੂਗੀ? ਸੋ ਮੈਂ, ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਹੈ, ਰਿਕੁਐਸਟ ਕੀਤੀ ਹੈ ਕਿ ਪੂਰੇ ਪੰਜਾਬ ਵਿੱਚ
ਇਟ ਇਜ਼ ਕ੍ਰੀਏਟਿੰਗ ਵੈਰੀ ਸਟਰੋਂਗ ਸੈਂਟੀਮੈਂਟਸ। ਜਿਹੜੇ ਪੰਜਾਬ ਸਰਕਾਰ ਨੇ ਬਹੁਤ ਵੱਡਾ, ਕੈਪਟਨ ਸਾਹਿਬ ਨੇ ਬਹੁਤ ਵੱਡਾ ਗੁਨਾਹ ਕੀਤਾ, ਪਾਪ ਕੀਤਾ ਕਿ ਐਡੇ ਵੱਡੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਅਤੇ ਉਹਨਾਂ ਨੂੰ ਛੱਡ ਦਿੱਤਾ। ਅਤੇ ਜੇ ਆ ਗਵਰਨਰ ਸਾਨੂੰ ਪੋਜ਼ੀਟਿਵ ਰਿਸਪੋਂਸ ਨਹੀਂ ਆਉਂਦਾ, ਜੇ ਕਾਨੂੰਨ ਦੇ ਤਹਿਤ ਨਹੀਂ ਕਰਦੇ, ਵੀ ਵਿਲ ਟੇਕ ਦ ਨੈਕਸਟ ਸਟੈਪ, ਵੀ ਆਰ ਲੁਕਿੰਗ ਐਟ, ਵੀ ਵਿਲ ਗੋ। ਆਪ ਤੁਸੀਂ ਦੱਸੋ। ਹਾਂਜੀ, 6/10/93 ਦੀ ਗੱਲ ਹੈ ਜੀ। 11 ਵਜੇ ASI ਹਰਿੰਦਰ ਸਿੰਘ ਚੌਂਕੀ ਇੰਚਾਰਜ ਬਲੌਕ ਜੀ, ਉਹ ਸਾਡੇ ਘਰ ਆਇਆ ਜੀ। ਆ ਕੁੜੀ ਮੇਰੀ ਘਰ ਸੀ 11:15 ਜੀ। ਉਹ ਕਹਿੰਦਾ ਵੀ ਅਸੀਂ ਹਰਜੀਤ ਸਿੰਘ ਨੂੰ ਬਲੌਕ ਲੈ ਕੇ ਜਾਣਾ, ਵੀ ਉੱਥੇ ਪੁੱਛਗਿੱਛ ਕਰਨੀ ਆ। ਇਹ ਕੁੜੀ ਕਹਿੰਦੀ ਭਾਈ ਲੈ ਜਾਓ, ਪੁੱਛਗਿੱਛ ਕਰਤੀ। ਰਾਤ ਨੂੰ ਮੈਂ ਆਇਆ ਡਿਊਟੀ ਤੋਂ, ਇਹ ਕੁੜੀ ਕਹਿੰਦੀ ਬਾਪੂ ਉਹਨੂੰ ਪੁਲਿਸ ਵਾਲੇ ਲੈ ਗਏ ਮਲੌਦ ਵਾਲੇ। ਆ ਸਰਪੰਚ ਸਾਹਿਬ ਰਘਵੀਰ ਸਿੰਘ ਇਹਨਾਂ ਕੋਲ ਗਏ ਅਸੀਂ, ਇਹ ਕਹਿੰਦੇ ਵੀ ਹੁਣ ਤਾਂ ਗਿਆ 9 ਵੱਜ ਗਏ, ਵੀ ਹੁਣ ਆਪਾਂ ਸਵੇਰੇ ਚੱਲਾਂਗੇ। ਸਵੇਰੇ ਅਸੀਂ ਪੰਚਾਇਤ ਲੈ ਕੇ ਗਏ, ਸਾਰੇ ਬੰਦੇ ਉੱਥੇ ਗਏ, ਮਲੌਦ ਹਰਿੰਦਰ ਸਿੰਘ ਨੂੰ ਮਿਲੇ। ਹਰਿੰਦਰ ਸਿੰਘ ਕਹਿੰਦਾ ਮੈਂ ਤਾਂ ਉੱਥੇ ਪੈਲ ਛੱਡ ਆਇਆ। ਅਸੀਂ ਪੈਲ ਗਏ ਸਾਰੇ ਬੰਦੇ, ਪੈਲ ਵਾਲਾ ਉਹ ਗੁੱਜਰ ਸੀਗਾ, ਮੁਸਲਮਾਨ ਪਤਾ ਨਹੀਂ ਕਿ ਹਿੰਦੂ ਗੁੱਜਰ, ਉਹ ਕਹਿੰਦਾ ਜੀ ਮੇਰੇ ਤੋਂ ਤਾਂ ਹਰਿਦੁਆਰ ਦੀ ਪੁਲਿਸ ਲੈ ਗਈ, ਸਾਨੂੰ ਹਰਿਦੁਆਰ ਭੇਜਤਾ। 3-4 ਗਿਰੇ ਹਰਿਦੁਆਰ ਸਾਡੇ ਲੱਗ ਗਏ। ਉਹ ਹਰਿਦੁਆਰ ਵਾਲੇ ਕਹਿੰਦੇ ਵੀ ਅਸੀਂ ਤਾਂ ਇਹ ਕੰਮ ਘਟੀਆ ਕਰਦੇ ਨਹੀਂ, ਇਹ ਤਾਂ ਪੰਜਾਬ ਪੁਲਿਸ ਹੀ ਕਰਦੀ ਆ। ਉੱਥੋਂ ਸਾਨੂੰ ਆ ਕੇ ਫਿਰ ਅਸੀਂ ਉਹ ADSP ਨਾਲ ਲੜੇ ਪੈਲ। ਅਸੀਂ ਕਿਹਾ ਤੂੰ ਸਾਨੂੰ ਉੱਧਰ ਨੂੰ ਭਜਾਈ ਜਾਂਦਾ, ਤੂੰ ਗੱਲ ਕਰ ਦੱਸ, ਤੂੰ ਅਸਲੀ ਗੱਲ ਦੱਸ। ਉਹ ਕਹਿੰਦਾ ਚੁੱਪ ਕਰ ਜਾਓ, ਮੇਰੇ ਨਾਲ ਲੜੋ, ਆਹ ਲੋਕ ਅਖਬਾਰ ਉਹਦਾ ਮੁਕਾਬਲਾ ਹੋ ਗਿਆ UP 'ਚ। ਅਸੀਂ ਕਿਹਾ ਕਿਵੇਂ ਹੋ ਗਿਆ, ਤੂੰ ਲੈ ਕੇ ਤਾਂ ਘਰੋਂ ਆਏ ਹੋ, 6/10/93 ਨੂੰ ਮੁਕਾਬਲਾ ਕਿਵੇਂ ਹੋ ਗਿਆ? ਉਹ ਕਹਿੰਦਾ ਮੈਨੂੰ ਨਹੀਂ ਪਤਾ, ਇਹ ਜਾ ਕੇ ਬਾਹਰ ਪਤਾ ਕਰੋ। ਫਿਰ ਅਸੀਂ ਉੱਥੇ ਅਰਜੀ ਲਾਈ ਹਾਈਕੋਰਟ, 4-5 ਵਕੀਲਾਂ ਨੂੰ ਮਿਲੇ, ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਤਰੀਕ 'ਤੇ ਨਹੀਂ ਗਏ ਵਕੀਲ, ਪੁਲਿਸ ਵਾਲਿਆਂ ਨੇ ਪਤਾ ਨਹੀਂ ਕੀ ਸਮਝਾਉਂਦੇ ਤੇ ਪੈਸੇ ਦਿੰਦੇ ਤੇ ਕੀ ਦਿੰਦੇ ਤੇ। ਹਾਰ ਕੇ ਫਿਰ ਭਾਡੇਵਾਲ ਦਾ ਇੱਕ ਸਰਦਾਰ ਆਏ, ਦੁਬਾਰਾ ਸਿੰਘ ਗਿੱਲ, ਉਹਨਾਂ ਉਹ ਮੇਰੇ ਆੜੀ ਦੇ ਬੱਸ ਮੇਰੇ ਨਾਲ ਚੜ੍ਹਦੇ ਚੁੜਦੇ, ਉਹਨਾਂ ਨੂੰ ਮਿਲਿਆ ਮੈਂ ਜਾ ਕੇ। ਉਹ ਕਹਿੰਦੇ ਵੀ ਜਾ ਜਾਗਰ ਸਿੰਘ ਜੱਜ ਕੋਲ ਜਾ, ਅਸੀਂ ਉਹਨੂੰ ਫੋਨ ਕਰ ਦਿੰਦੇ ਹਾਂ। ਜਾਗਰ ਸਿੰਘ ਕੋਲ ਗਏ, ਉਹਨਾਂ ਨੂੰ ਦੱਸਿਆ, ਉਹਨਾਂ ਨੇ CBI ਕਹਿ ਕੇ CBI ਨੂੰ ਕੇਸ ਲਵਾਤਾ। 16 ਸਾਲ CBI ਨੂੰ ਕੇਸ ਚੱਲਿਆ, 1/12/14 ਨੂੰ 1 ਵਜੇ ਉਹਨਾਂ ਨੂੰ ਪਟਿਆਲੇ ਤੋਂ CBI ਦੀ ਕੋਰਟ ਤੋਂ ਸਪੈਸ਼ਲ 'ਚੋਂ ਉਮਰ ਕੈਦ 20,000 ਜੁਰਮਾਨਾ 4 ਬੰਦਿਆਂ ਨੂੰ ਹੋਇਆ। 4 ਬੰਦਿਆਂ ਨੂੰ ਸਜ਼ਾ ਹੋਈ, ਉਮਰ ਕੈਦ 20,000 ਰੁਪਇਆ ਜੁਰਮਾਨਾ ਜੀ। ਫਿਰ ਸਾਨੂੰ ਪਰਸੋਂ ਪਤਾ ਲੱਗਿਆ ਜੀ, 21 ਤਰੀਕ ਨੂੰ ਸੁਖਪਾਲ ਸਿੰਘ ਖਹਿਰਾ ਨੇ ਸਾਡੇ ਕੋਲ ਬੰਦੇ ਭੇਜੇ, ਗੱਡੀ ਦੇ ਕੇ ਭੇਜੇ। ਉਹ ਕਹਿੰਦਾ ਵੀ ਬੰਦੇ ਤੁਹਾਡੇ ਨਾਲ ਆਹ ਗੱਲ ਹੋ ਗਿਆ। ਫਿਰ ਇੱਥੇ ਅਸੀਂ ਆਏ, ਉਹਨਾਂ ਨੇ ਗਵਰਨਰ ਸਾਹਿਬ ਨੂੰ ਮਿਲੇ ਨੇ, ਇਹ ਮਿਲੇ ਨਹੀਂ ਹੈਗੇ। ਪ੍ਰੈਸ ਕਾਨਫਰੰਸ ਕੀਤੀ, ਹੋਰ ਗੱਲਾਂ ਬਾਤਾਂ ਟ੍ਰਿਬਿਊਨਲ ਵਾਲਿਆਂ ਨੂੰ ਮਿਲੇ, ਐਕਣੇ ਸੀ। ਫਿਰ ਹੁਣ ਸਾਡੀ ਇਹੀ ਮੰਗ ਹੈ ਵੀ ਪੁਲਿਸ ਵਾਲਿਆਂ ਨੂੰ ਦੁਬਾਰਾ ਫੜ ਕੇ ਜੇਲ੍ਹ ਦਿੱਤਾ ਜਾਵੇ, ਸਖ਼ਤ ਸਜ਼ਾਵਾਂ ਦਿੱਤੀਆਂ ਨੇ ਸਾਨੂੰ। ਸਾਨੂੰ ਕਿਸੇ ਨੇ ਸਾਡੇ ਨੇ ਪੈਸੇ ਦੀ ਮਦਦ ਨਹੀਂ ਕੀਤੀ ਅੱਜ ਤੱਕ। ਸਾਡੇ ਕੋਲ ਸਾਰਾ ਕੁਝ ਵਿਕਿਆ ਜੋ ਕੁਝ ਸੀਗਾ, ਘਰ ਵੀ ਵਿਕਿਆ, ਸਾਰਾ ਕੁਝ ਵਿਕਿਆ। ਮੈਂ ਕੁੜੀ ਕੋਲ ਰਹਿਣਾ ਮੇਰੀ ਕੋਲ, ਸਾਨੂੰ ਹੁਣ ਮੁਆਵਜ਼ਾ ਵੀ ਦਿੱਤਾ ਜਾਵੇ, ਸਾਡੇ ਕੋਲ ਚਾਹ ਪੀਣ ਨੂੰ ਪੈਸੇ ਨਹੀਂ, ਰੋਟੀ ਖਾਣ ਨੂੰ ਸਾਡੇ ਕੋਲ ਪੈਸੇ ਨਹੀਂ ਹੈਗੇ ਕੋਈ। 26 ਸਾਲ ਹੋ ਗਏ ਸਾਨੂੰ ਕੇਸ ਲੜਦਿਆਂ ਨੂੰ, ਅਜੇ ਮੁਆਵਜ਼ੇ ਦਾ ਕੇਸ ਪੈਂਡਿੰਗ ਪਿਆ ਇੱਥੇ ਸਾਡਾ। ਘੱਟ ਤੋਂ ਘੱਟ ਪਹਿਲਾਂ ਤਾਂ 1 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ। ਇੱਕ ਨੌਜਵਾਨ ਬੱਚੇ ਨੂੰ ਇਹਨਾਂ ਨੇ ਮਰਡਰ ਕੀਤਾ, ਇੱਕ ਰਿਕਾਲ ਕਰਨਾ ਚਾਹੀਦਾ। ਤੁਸੀਂ ਦੇਖੋ ਜੀ ਕਿ ਜਿਹੜਾ ਡਾਕਟਰ ਦੇ ਕੰਮ ਕਰਦਾ ਸੀ, ਉਹਨੇ ਵੀ ਬਿਆਨ ਦਿੱਤਾ CBI ਕੋਰਟ 'ਚ ਕਿ ਬਹੁਤ ਸ਼ਰੀਫ਼ ਬੱਚਾ ਸੀ, 22 ਸਾਲ ਦਾ ਬੱਚਾ ਬੜਾ ਸ਼ਰੀਫ ਸੀ। ਸੋ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ, ਇੰਨੇ ਵੱਡੇ ਪਾਪ ਨਾ ਕਰੋ। ਜੇ ਤੁਸੀਂ ਵੱਡੇ ਵੱਡੇ ਦੋਸ਼ੀਆਂ ਨੂੰ ਬਚਾਓਗੇ, ਮੁੱਖ ਮੰਤਰੀ ਲੈਣ ਦੇ ਲਾਇਕ ਨਹੀਂ ਤੁਸੀਂ। ਥੈਂਕ ਯੂ ਜੀ। ਪਹਿਲੀ ਗੱਲ ਮੈਂ ਤੁਹਾਨੂੰ ਉਦੋਂ ਪਹਿਲੇ ਵੀ ਰਿਪੀਟ ਕਰਤੀ, ਤੁਸੀਂ ਉਹ ਕੋਈ ਗੱਲ ਕਰਨ ਦੀ ਲੋੜ ਨਹੀਂ। ਇੱਕ ਵੀ ਸਾਡੀ ਸਰਕਾਰ ਦੇ ਵਿੱਚ ਇੱਕ ਵੀ ਗਵਰਨਮੈਂਟ ਨੇ ਸਾਨੂੰ ਇੱਕ ਸਾਡੇ ਗਵਰਨਮੈਂਟ ਡਿਪਾਰਟਮੈਂਟ ਕਿਤੇ ਆਈ ਸੀ ਗਵਰਨਰ ਕੋਲ, ਇਹਨਾਂ ਕੋਲ ਇਹਨਾਂ ਨੇ ਸਿੱਧੇ ਹੀ ਜੇਲ੍ਹ ਡਿਪਾਰਟਮੈਂਟ ਨੂੰ ਭੇਜੀ ਫੋਰ ਕਮੈਂਟ। ਉਹਦੇ ਬਾਅਦ ਜਦੋਂ ਕਮੈਂਟ ਆਏ, ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ, ਜੇਲ੍ਹ ਡਿਪਾਰਟਮੈਂਟ ਨੇ ਕਿ ਆ CBI ਕੇਸ ਹੈ। ਕੈਪਟਨ ਅਮਰਿੰਦਰ ਸਿੰਘ ਨੇ 14/3 ਨੂੰ ਰਿਕਮੈਂਡ ਕੀਤਾ ਕਿ ਉਹਨਾਂ ਲਿਖਿਆ ਕਿ ਜਿਹੜੇ ਜੇਲ੍ਹ ਡਿਪਾਰਟਮੈਂਟ ਨੇ ਕਿ ਗਵਰਨਮੈਂਟ ਆਫ ਇੰਡੀਆ ਦੇ ਪਰਮਿਸ਼ਨ ਤੋਂ ਬਗੈਰ ਨਾ ਨਹੀਂ ਹੋਣਾ ਚਾਹੀਦਾ। ਕੈਪਟਨ ਸਾਹਿਬ ਨੇ ਉਹਦੇ ਨੋਟ 'ਚ ਲਿਖਿਆ ਕਿ ਪਰਮਿਸ਼ਨ ਬਾਅਦ 'ਚ ਲੈਂਦੇ ਰਹਾਂਗੇ, ਪਹਿਲੇ ਇਹਨਾਂ ਨੂੰ ਪਾਰਡਨ ਕੀਤਾ ਜਾਏ। ਦੇਖੋ ਐਡਾ ਵੱਡਾ ਗੁਨਾਹ ਕੀ ਹੈ। ਥੈਂਕ ਯੂ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸਾਰੀਆਂ ਫਾਈਲ ਪੜ੍ਹ ਲਓ। ਸੀ ਜੈ ਜੀਆਂ ਕਰਤੂਤਾਂ ਰੰਧਾਵਾ ਸਾਹਿਬ ਜਦੋਂ ਦੇ ਮੰਤਰੀ ਬਣੇ ਹੈ, ਤੁਸੀਂ ਦੇਖਿਆ ਅੱਜ ਫਿਰ ਤੋਂ ਜੇਲ੍ਹ ਦੇ ਲੁਧਿਆਣਾ ਜੇਲ੍ਹ 'ਚ ਕੈਦੀ ਮਰ ਗਏ, ਹੋ ਕੀ ਰਿਹਾ? ਆਹ ਜ਼ਿੰਮੇਵਾਰੀ ਜੋ ਉੱਥੇ ਮਰਡਰ ਹੋ ਰਿਹਾ, ਬੰਦੇ ਮਰ ਰਹੇ ਹੈ, ਜ਼ਿੰਮੇਵਾਰ ਮਿਨਿਸਟਰ ਰੰਧਾਵਾ ਹੈ। ਇਹਦੇ 'ਤੇ ਇਨਕੁਆਇਰੀ ਹੋਣੀ ਚਾਹੀਦੀ ਹੈ, ਜੇ ਨਹੀਂ ਕਰਾਉਂਗੇ ਤਾਂ ਅਸੀਂ ਕਰਾਵਾਂਗੇ। ਅਤੇ ਹੀ ਇਜ਼ ਰਿਸਪੋਂਸਿਬਲ, ਬਿਕੋਜ਼ ਹੀ ਇਜ਼ ਦ ਪਰਸਨ ਰਿਸਪੋਂਸਿਬਲ ਫੋਰ ਐਵਰੀਥਿੰਗ।